ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਨੌਜਵਾਨ ਜੇਲ੍ਹ ਦੇ ਵਿੱਚ ਬੰਦ ਹੈ, ਪਰ ਫਿਰ ਵੀ ਆਪਣੇ ਸ਼ੌਂਕ ਪੂਰੇ ਕਰ ਰਿਹਾ। ਰੋਜ਼ ਹੀ ਇਸ ਦੇ ਵੱਲੋਂ ਸਮਾਰਟਫੋਨ ਤੇ ਵੀਡੀਓ ਬਣਾ ਕੇ ਪਿੱਛੇ ਗਾਣਾ ਲਗਾ ਕੇ ਰੀਲਾਂ ਪਾਈਆਂ ਜਾਂਦੀਆਂ ਨੇ, ਔਰ ਇਹ ਤਸਵੀਰਾਂ ਵੀਡੀਓਜ਼ ਫਰੀਦਕੋਟ ਜੇਲ੍ਹ ਦੇ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕਰਦੀਆਂ ਨੇ। ਜੇਲ੍ਹਾਂ ਨੂੰ ਸੁਧਾਰ ਘਰ ਕਿਹਾ ਜਾਂਦਾ, ਪਰ ਇਹ ਨੌਜਵਾਨ ਕੈਦੀ ਆਪਣੇ ਸ਼ੌਂਕ ਪੂਰੇ ਕਰਦੇ ਨੇ। ਰੋਜ਼ਾਨਾ ਹੀ ਇਹਨਾਂ ਦੇ ਵੱਲੋਂ ਜਸ਼ਨ ਮਨਾਇਆ ਜਾਂਦਾ, ਅਫੀਮ ਜੇਲ੍ਹ ਦੇ ਵਿੱਚ ਖਾਧੀ ਜਾ ਰਹੀ ਹੈ, ਔਰ ਹਰ ਇੱਕ ਤਰੀਕੇ ਦੀ ਵੀਡੀਓ, ਹਰ ਇੱਕ ਗਤੀਵਿਧੀ ਦੀ ਵੀਡੀਓ ਇਹਨਾਂ ਦੇ ਵੱਲੋਂ ਅਪਲੋਡ ਕੀਤੀ ਜਾਂਦੀ ਹੈ। ਬੌਬੀ ਗਿੱਲ ਨਾਮ ਦਾ ਇਹ ਨੌਜਵਾਨ ਕੈਦੀ ਹੈ ਜੋ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਰੋਜ਼ ਹੀ ਰੀਲਾਂ ਪਾਉਂਦਾ ਹੈ, ਔਰ ਇਸ ਦੀਆਂ ਰੀਲਾਂ, ਇਸ ਦੀਆਂ ਫੋਟੋਆਂ ਫਰੀਦਕੋਟ ਜੇਲ੍ਹ ਦੇ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕਰਦੀਆਂ ਨੇ। ਅਕਸਰ ਜੇਲ੍ਹਾਂ ਨੂੰ ਸੁਧਾਰ ਘਰ ਕਿਹਾ ਜਾਂਦਾ, ਪਰ ਜੇਕਰ ਨੌਜਵਾਨ ਕੈਦੀ ਤਾਂ ਇੱਕ ਤਰੀਕੇ ਨਾਲ ਉਹਨਾਂ ਨੂੰ ਆਪਣੇ ਕਿੱਤੇ ਤੇ ਕੋਈ ਵੀ ਪਛਤਾਵਾ ਨਹੀਂ ਹੈ, ਤਾਂ ਇਹਨਾਂ ਨੌਜਵਾਨਾਂ ਦੇ ਵੱਲੋਂ ਰੋਜ਼ਾਨਾ ਹੀ ਜੇਲ੍ਹ ਸੈੱਲ ਦੇ ਵਿੱਚੋਂ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਜਾਂਦੀਆਂ ਨੇ। ਵੀਡੀਓਜ਼ ਦੇ ਵਿੱਚ ਪਿੱਛੇ ਗਾਣੇ ਵੀ ਲੱਗੇ ਹੋਏ ਨੇ, ਤਾਂ ਇੱਕ ਤਰੀਕੇ ਨਾਲ ਪੂਰਾ ਵਿਆਹ ਵਰਗਾ ਮਾਹੌਲ ਹੈ, ਜਸ਼ਨ ਮਨਾਏ ਜਾ ਰਹੇ ਨੇ, ਹਰ ਇੱਕ ਤਰੀਕੇ ਦੀ ਵੀਡੀਓ ਇਹਨਾਂ ਦੇ ਵੱਲੋਂ ਅਪਲੋਡ ਕੀਤੀ ਜਾਂਦੀ ਹੈ। ਅਫੀਮ ਖਾ ਰਹੇ ਨੇ, ਸ਼ਰੇਆਮ ਨਸ਼ੇ ਦੀ ਸਪਲਾਈ ਇਸ ਜੇਲ੍ਹ ਦੇ ਵਿੱਚ ਹੋ ਰਹੀ ਹੈ, ਤਾਂ ਇਹ ਤਸਵੀਰਾਂ ਫਰੀਦਕੋਟ ਜੇਲ੍ਹ ਦੇ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕਰਦੀਆਂ ਨੇ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਨੌਜਵਾਨ ਜੇਲ੍ਹ ਦੇ ਵਿੱਚ ਬੰਦ ਹੈ, ਪਰ ਫਿਰ ਵੀ ਆਪਣੇ ਸ਼ੌਂਕ ਪੂਰੇ ਕਰ ਰਿਹਾ। ਰੋਜ਼ ਹੀ ਇਸ ਦੇ ਵੱਲੋਂ ਸਮਾਰਟਫੋਨ ਤੇ ਵੀਡੀਓ ਬਣਾ ਕੇ ਪਿੱਛੇ ਗਾਣਾ ਲਗਾ ਕੇ ਰੀਲਾਂ ਪਾਈਆਂ ਜਾਂਦੀਆਂ ਨੇ, ਔਰ ਇਹ ਤਸਵੀਰਾਂ ਵੀਡੀਓਜ਼ ਫਰੀਦਕੋਟ ਜੇਲ੍ਹ ਦੇ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕਰਦੀਆਂ ਨੇ। ਜੇਲ੍ਹਾਂ ਨੂੰ ਸੁਧਾਰ ਘਰ ਕਿਹਾ ਜਾਂਦਾ, ਪਰ ਇਹ ਨੌਜਵਾਨ ਕੈਦੀ ਆਪਣੇ ਸ਼ੌਂਕ ਪੂਰੇ ਕਰਦੇ ਨੇ। ਰੋਜ਼ਾਨਾ ਹੀ ਇਹਨਾਂ ਦੇ ਵੱਲੋਂ ਜਸ਼ਨ ਮਨਾਇਆ ਜਾਂਦਾ, ਅਫੀਮ ਜੇਲ੍ਹ ਦੇ ਵਿੱਚ ਖਾਧੀ ਜਾ ਰਹੀ ਹੈ, ਔਰ ਹਰ ਇੱਕ ਤਰੀਕੇ ਦੀ ਵੀਡੀਓ, ਹਰ ਇੱਕ ਗਤੀਵਿਧੀ ਦੀ ਵੀਡੀਓ ਇਹਨਾਂ ਦੇ ਵੱਲੋਂ ਅਪਲੋਡ ਕੀਤੀ ਜਾਂਦੀ ਹੈ। ਬੌਬੀ ਗਿੱਲ ਨਾਮ ਦਾ ਇਹ ਨੌਜਵਾਨ ਕੈਦੀ ਹੈ ਜੋ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਰੋਜ਼ ਹੀ ਰੀਲਾਂ ਪਾਉਂਦਾ ਹੈ, ਔਰ ਇਸ ਦੀਆਂ ਰੀਲਾਂ, ਇਸ ਦੀਆਂ ਫੋਟੋਆਂ ਫਰੀਦਕੋਟ ਜੇਲ੍ਹ ਦੇ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕਰਦੀਆਂ ਨੇ। ਅਕਸਰ ਜੇਲ੍ਹਾਂ ਨੂੰ ਸੁਧਾਰ ਘਰ ਕਿਹਾ ਜਾਂਦਾ, ਪਰ ਜੇਕਰ ਨੌਜਵਾਨ ਕੈਦੀ ਤਾਂ ਇੱਕ ਤਰੀਕੇ ਨਾਲ ਉਹਨਾਂ ਨੂੰ ਆਪਣੇ ਕਿੱਤੇ ਤੇ ਕੋਈ ਵੀ ਪਛਤਾਵਾ ਨਹੀਂ ਹੈ, ਤਾਂ ਇਹਨਾਂ ਨੌਜਵਾਨਾਂ ਦੇ ਵੱਲੋਂ ਰੋਜ਼ਾਨਾ ਹੀ ਜੇਲ੍ਹ ਸੈੱਲ ਦੇ ਵਿੱਚੋਂ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਜਾਂਦੀਆਂ ਨੇ। ਵੀਡੀਓਜ਼ ਦੇ ਵਿੱਚ ਪਿੱਛੇ ਗਾਣੇ ਵੀ ਲੱਗੇ ਹੋਏ ਨੇ, ਤਾਂ ਇੱਕ ਤਰੀਕੇ ਨਾਲ ਪੂਰਾ ਵਿਆਹ ਵਰਗਾ ਮਾਹੌਲ ਹੈ, ਜਸ਼ਨ ਮਨਾਏ ਜਾ ਰਹੇ ਨੇ, ਹਰ ਇੱਕ ਤਰੀਕੇ ਦੀ ਵੀਡੀਓ ਇਹਨਾਂ ਦੇ ਵੱਲੋਂ ਅਪਲੋਡ ਕੀਤੀ ਜਾਂਦੀ ਹੈ। ਅਫੀਮ ਖਾ ਰਹੇ ਨੇ, ਸ਼ਰੇਆਮ ਨਸ਼ੇ ਦੀ ਸਪਲਾਈ ਇਸ ਜੇਲ੍ਹ ਦੇ ਵਿੱਚ ਹੋ ਰਹੀ ਹੈ, ਤਾਂ ਇਹ ਤਸਵੀਰਾਂ ਫਰੀਦਕੋਟ ਜੇਲ੍ਹ ਦੇ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕਰਦੀਆਂ ਨੇ।